ਬਾਈ ਮੈਂ ਉਸ ਚੀਜ਼ ਦੇ ਵਰਖਿਲਾਫ ਹਾਂ ਜਿਹੜਾ ਬੰਦਾ ਕਿਸੇ ਚੀਜ਼ ਨੂੰ ਦੇਖੇ ਪਰਖੇ ਬਿਨਾਂ ਕਹੀ ਜਾਵੇ ਉਹ ਤਾਂ ਬਹੁਤ ਮਾੜੀ ਆ। ਇੱਕ ਬੰਦੇ ਨੇ ਰੱਟ ਫੜ ਲਈ ਜੀ, ਸਵਰਾਜ ਹੀ ਸਾਰਾ ਕੁਛ ਆ, ਉਹ ਵੀ ਨਹੀਂ ਸਹੀ। ਪਹਿਲਾਂ ਕੋਈ ਚੀਜ਼ ਨੂੰ ਕਹਿੰਦੇ ਹੁੰਦੇ ਇਸਤੇਮਾਲ ਕਰੋ ਅਤੇ ਫਿਰ ਵਿਸ਼ਵਾਸ ਕਰੋ। ਇਹ ਹੌਲੈਂਡ ਟ੍ਰੈਕਟਰ ਇਕੱਲੀ ਵੱਡੀ ਮਸ਼ੀਨ 'ਤੇ ਪਿੱਛੇ ਰਹਿ ਸਕਦਾ ਕਿਸੇ ਨਾਲੋਂ, ਬਾਕੀ ਜਿੰਨੇ ਮਾਰਕੀਟ ਟ੍ਰੈਕਟਰ ਚੱਲਦੇ ਆ ਸਾਰਿਆਂ ਦੀ ਗੋਡ ਨਹੀਂ ਲਵਾ ਕੇ ਰੱਖਦਾ ਹਰ ਇੱਕ ਕੰਮ 'ਤੇ। ਆਪਣੇ ਚੈਨਲ ਦਾ ਨਾ ਜੌਨ ਡੀਅਰ ਵਾਲੇ ਆ, ਅਤੇ ਪਰ ਮੈਂ ਇਹ ਠੋਕ ਕੇ ਕਹਿੰਦਾ ਇਕੱਲੀ ਵੱਡੀ ਮਸ਼ੀਨ ਨੂੰ ਛੱਡ ਕੇ ਹੋਰ ਜਿਹੜਾ ਮਰਜ਼ੀ ਕੰਮ ਲੈਣਾ ਹਰ ਇੱਕ ਕੰਮ 'ਤੇ ਗੋਡ ਨਹੀਂ ਲਵਾ ਦਿੰਦਾ, ਹਰ ਇੱਕ ਟ੍ਰੈਕਟਰ ਦੀ ਇਹਦੇ ਬਰਾਬਰ ਦੀ ਕੈਟਾਗਰੀ ਵਾਲੇ ਦੀ। ਜਦੋਂ ਨਾ ਤੂੰ ਵੀਡੀਓ ਵੇਖਦਾ ਮੈਂ ਕਹੀ ਨਾ, ਮੈਨੂੰ ਹੈਰਾਨੀ ਹੁੰਦੀ ਆ। ਅਗਲਾ ਕੋਈ ਕਹਿੰਦਾ ਯਾਰ ਇਹਦੀਆਂ ਲਿੰਕਾਂ ਵਾਲੀਆਂ ਲੰਮੀਆਂ, ਕੋਈ ਕਹਿੰਦਾ ਇਹਦੇ ਆ ਜਿਹਦੇ ਹੌਲੈਂਡ ਹੀ ਤਾਂ ਹੈ ਜੇ ਇਹਦੀਆਂ ਲਿੰਕਾਂ ਲੰਮੀਆਂ ਅਤੇ ਇਹਦੇ ਡੈਕਸ਼ਨ ਹੈ। ਇਹਨਾਂ ਨੇ ਟ੍ਰੈਕਟਰ ਕੱਢੇ ਆ ਸਿੱਧੇ ਐਕਸਲਾਂ ਵਾਲੇ, ਉਹ ਜਿਹੜੇ ਟ੍ਰੈਕਟਰ ਦੀ 12 ਲੱਖ ਪ੍ਰਾਈਜ਼ ਆ ਉਹ 3-3 ਲੱਖ ਦੇ ਵਿਕਦੇ ਆ, 10 ਹੋ ਗਿਆ ਫਲਾਨਾ। ਜੇ ਆਪਾਂ ਕੋਈ ਹੁਣ ਕਿਸੇ ਜ਼ਿਮੀਂਦਾਰ ਨੇ ਟ੍ਰੈਕਟਰ ਲੈਣਾ, ਅਗਲਾ ਕਹਿੰਦਾ ਵੀ ਅਸੀਂ ਨਚਿੱਤੀ 'ਚ ਹਾਂ, ਮੈਂ ਤਾਂ ਹੌਲੈਂਡ ਲੈ ਲਓ, ਜੌਨ ਡੀਅਰ ਲੈ ਲਓ, ਸਵਰਾਜ, ਅਤੇ ਥੋੜ੍ਹਾ ਜਿਹਾ ਆ ਜਾਓ ਤੁਸੀਂ ਸੋਨਾ ਲੀਕ ਵਾਲੀ ਐਂਡ ਅਤੇ ਅਰਜਨਲ ਲਈ। ਇਹੀ ਟ੍ਰੈਕਟਰ ਲੈਣ 'ਚ ਫਾਇਦਾ ਅਤੇ ਇਹੀ ਕੰਮ ਕਰਦੇ ਆ। ਸਭ ਤੋਂ ਜਿਹੜੇ ਬੰਦੇ ਨੇ PTO ਦਾ ਕੰਮ, ਵੱਡੀ ਮਸ਼ੀਨ ਦਾ ਕੰਮ ਨਹੀਂ ਲੈਣਾ, ਉਹਨੂੰ ਹੌਲੈਂਡ ਚਾਹੀਦਾ। ਹੋਣ ਵਾਲਿਆਂ ਦੀ ਮੈਂ ਨਹੀਂ ਗਰੰਟੀ ਚੱਕਦਾ, 10-12 ਮਾਡਲ ਟ੍ਰੈਕਟਰ ਤਕਰੀਬਨ 4.25 ਲੱਖ ਇੱਥੇ ਕੇ ਰੇਂਜ ਤਾਂ ਮਿਲ ਜਾਂਦਾ, ਇਹਨਾਂ ਦਾ ਕੋਈ ਤੋੜ ਨਹੀਂ ਗਾ।